ਤਾਂ ਤਸਵੀਰਾਂ ਦੇਖ ਲਈਆਂ ਤੁਸੀਂ, ਕਿੰਨੀਆਂ ਭਿਆਨਕ ਤਸਵੀਰਾਂ ਨੇ। ਪੂਰੇ ਇਲਾਕੇ ਦੇ ਜਿਹੜੇ ਲੋਕ ਨੇ ਉਹ ਦਹਿਸ਼ਤ ਦੇ ਨੇ। ਦਰਅਸਲ ਇਹ ਬਾਰੂਦ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਹੈ। ਪਹਿਲਾਂ ਅੱਗ ਲੱਗਦੀ ਹੈ, ਜਿਸ ਤੋਂ ਬਾਅਦ ਬਲਾਸਟ ਹੋਇਆ। ਬਲਾਸਟ ਹੋਣ ਤੋਂ ਬਾਅਦ ਬਲਾਸਟ ਦੀ ਆਵਾਜ਼ ਇੰਨੀ ਤੇਜ਼ ਸੀ, ਦੇਖ ਸਕਦੇ ਹੋ ਕਿ ਲੋਕ ਉਸ ਧਮਾਕੇ ਵਾਲੀ ਥਾਂ ਤੋਂ ਕਿੰਨੀ ਦੂਰ ਖੜੇ ਨੇ, ਤਾਂ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਲਗਾਤਾਰ ਬਾਰੂਦ ਦੇ ਅੰਦਰ ਅੱਗ ਲੱਗ ਰਹੀ ਹੈ। ਲਗਾਤਾਰ ਜਿਹੜੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜੋ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਬਾਕੀ ਹਾਲੇ ਜਦ ਧਮਾਕਾ ਹੁੰਦਾ ਹੈ ਫੈਕਟਰੀ ਦੇ ਮਲਬੇ ਹੇਠਾਂ ਕਿੰਨੇ ਲੋਕ ਦੱਬੇ ਨੇ, ਜਿਹੜਾ ਮਲਬਾ ਉੱਡ ਕੇ ਡਿੱਗਦਾ ਹੈ ਉਸਦੇ ਹੇਠਾਂ ਕਿੰਨੇ ਲੋਕ ਦੱਬੇ ਨੇ, ਇਹ ਹਾਲ ਤੱਕ ਸਪਸ਼ਟ ਨਹੀਂ ਕੀਤਾ ਗਿਆ। ਪਰ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਕਾਫੀ ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਜੀ ਹਾਂ, ਜਿਨ੍ਹਾਂ ਦੀ ਮੌਤ ਹੋਈ ਹੈ, ਹਾਲਾਂਕਿ ਹਲੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਕਈਆਂ ਦਾ ਕਹਿਣਾ ਹੈ ਕਿ ਮਲਬੇ ਹੇਠਾਂ ਉਹਨਾਂ ਦੇ ਲੋਕ ਫਸੇ ਹੋਏ ਨੇ, ਜਿਹੜੇ ਲੋਕ ਇਸ ਫੈਕਟਰੀ ਦੇ ਅੰਦਰ ਕੰਮ ਕਰਦੇ ਸੀ, ਉਸ ਦੇ ਪਰਿਵਾਰ ਅਤੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਫੈਕਟਰੀ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਆਪਣੇ ਬੰਦਿਆਂ ਨੂੰ ਬਚਾਉਣ ਆਏ ਨੇ, ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।